ਅੱਜ ਅਸੀਂ ਰਮਦਾਸ ਰਾਵੀ ਦੇ ਕੰਢੇ ਖੜੇ ਹਾਂ ਇਸ ਵੇਲੇ ਸਹਾਰਨਪੁਰ ਪੱਤਣ ਦੇ ਉੱਤੇ। ਇੱਥੇ ਮੈਂ ਦੇਖਿਆ ਕਿ ਬੇੜਾ ਇੱਕ ਜਿਹਦੇ ਨਾਲ ਲੋਕ ਆਰ ਪਾਰ ਜਾਂਦੇ ਆ, ਔਰ ਜਦੋਂ ਫਲੱਡ ਆਇਆ ਹੁਣ ਦਰਿਆ ਚੜ੍ਹਿਆ ਸੀ ਅਤੇ ਉਸ ਵੇਲੇ ਉਹ ਬੇੜਾ ਵੀ ਨਹੀਂ ਚੱਲਦਾ ਕਿਉਂਕਿ ਬੜਾ ਰਿਸਕੀ ਹੈ ਉਹਦੇ ਉੱਤੇ ਆਰ ਪਾਰ ਜਾਣਾ। ਔਰ ਇੱਥੇ ਕਰੀਬ 4000 ਏਕੜ ਜ਼ਮੀਨ ਜਿਹੜੀ ਆ ਦਰਿਆ ਤੋਂ ਪਾਰ ਹੈ, ਪਾਕਿਸਤਾਨ ਦੀ ਹੱਦ ਦੇ ਔਰ ਦਰਿਆ ਦੇ ਵਿੱਚ 4 ਪਿੰਡਾਂ ਦੀ ਜ਼ਮੀਨ ਹੈ। 4 ਪਿੰਡਾਂ ਦੇ ਲੋਕ ਅੱਜ ਇਸ ਵੇਲੇ ਇੱਥੇ ਖੜ੍ਹੇ ਹੈ। ਔਰ ਮੇਰੇ ਨਾਲ ਇੱਥੋਂ ਦੇ ਵਿਧਾਇਕ ਸਰ ਅਮਰਪਾਲ ਸਿੰਘ ਜੀ ਬੋਨੀ, ਜਿਹੜੇ 2 ਵਾਰ ਵਿਧਾਇਕ ਰਹਿ ਚੁੱਕੇ ਹੈ, CPS ਵੀ ਰਹੇ ਨੇ ਪੰਜਾਬ ਸਰਕਾਰ 'ਚ, ਉਹ ਵੀ ਮੇਰੇ ਨਾਲ ਆਏ ਨੇ। ਔਰ ਮੈਂ ਸਮਝਦਾ ਕਿ ਉਹਨਾਂ ਲੋਕਾਂ ਨੇ ਸਭ ਨੇ ਡਿਮਾਂਡ ਰੱਖੀ ਹੈ, ਸਰ ਅਮਰਪਾਲ ਸਿੰਘ ਬੋਨੀ ਨੇ ਵੀ ਰੱਖੀ ਹੈ ਕਿ 2 ਪਲਟੂਨ ਇੱਥੇ ਚਾਹੀਦੇ ਨੇ ਜਿਹੜੇ ਕਿ ਸੈਂਟਰ ਸਰਕਾਰ ਤੋਂ ਉਮੀਦ ਕਰਦੇ ਆ ਕਿ ਮਿਲਣੇ ਚਾਹੀਦੇ ਇਸ ਪੱਤਰ ਵਾਸਤੇ, ਸਾਰਮੂ ਪੱਤਰ ਵਾਸਤੇ, ਰਿਕੋਰਡ ਜ਼ਿਆਦਾ ਪੱਤਰ ਵਾਸਤੇ। ਔਰ ਇਹ 2 ਮੈਂ ਸਮਝਦਾ ਬੜੀ ਜੈਨੂਇਨ ਡਿਮਾਂਡ ਹੈ। ਮੈਂ ਜਦੋਂ ਇਲੈਕਸ਼ਨ ਲੜੀ ਸੀ ਉਸ ਵੇਲੇ ਵੀ ਮੈਂ ਡਿਮਾਂਡ ਰੱਖੀ ਸੀ, ਲੇਕਿਨ ਜੇ ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਜਿਤਾਇਆ ਹੁੰਦਾ, ਸੇਵਾ ਦਿੱਤੀ ਹੁੰਦੀ ਅਤੇ ਸੈਂਟਰ ਸਰਕਾਰ ਆਪਣੀ ਸੀ, ਮੈਂ ਉੱਪਰ ਸਰਕਾਰ 'ਚ ਨਰਿੰਦਰ ਮੋਦੀ ਸਾਹਿਬ ਨੂੰ ਔਰ ਅਰੁਣ ਜੇਤਲੀ ਜੀ ਨੂੰ ਕਹਿ ਕੇ ਸਭ ਤੋਂ ਪਹਿਲਾਂ ਪਲਟੂਨ ਲਵਾ ਕੇ ਦੇਣੇ ਸੀ। ਔਰ ਅੱਜ ਵੀ ਮੈਂ ਇਹਨਾਂ ਨੂੰ ਵਾਅਦਾ ਕੀਤਾ ਕਿ ਜਦੋਂ ਅਗਲੀ ਆਉਣ ਵਾਲੀ ਇਲੈਕਸ਼ਨ ਤੋਂ ਬਾਅਦ ਮੈਨੂੰ ਸੇਵਾ ਦਾ ਮੌਕਾ ਮਿਲਿਆ ਤਾਂ ਮੈਂ ਆਪਣੀ ਸਰਕਾਰ ਕੋਲੋਂ ਸਭ ਤੋਂ ਪਹਿਲਾਂ 6 ਮਹੀਨਿਆਂ ਦੇ ਅੰਦਰ ਇਹ ਕੰਮ ਕਰਵਾ ਕੇ ਦਾਂਗਾ। ਔਰ ਇੱਥੇ ਦੋਨੋਂ ਪਲਟੂਨ ਜਿਹੜੇ ਨੇ, ਇਹਨਾਂ ਦੀ ਡਿਮਾਂਡ ਹੈ, ਉਹਨਾਂ ਦੀ ਬਹੁਤ ਸਖਤ ਲੋੜ ਹੈ, ਉਹ ਇੱਥੇ ਲਵਾ ਕੇ ਦੇਵਾਂਗੇ। ਅਸੀਂ ਮੈਂ ਇਹਨਾਂ ਨੂੰ ਆਸ਼ਵਾਸਨ ਦਵਾਇਆ। ਔਰ ਫਿਰ ਜਿਹੜਾ ਹੋਰ ਇੱਥੇ ਗੰਨੇ ਦੇ ਪੈਸੇ ਲੋਕਾਂ ਨੇ ਡਿਮਾਂਡ ਕੀਤੀ ਹੈ, ਬਹੁਤ ਗੰਨਾ ਲੋਕ ਬੀਜਦੇ ਆ, ਉਹਦੇ ਪੈਸੇ ਅਜੇ ਤੱਕ ਸਰਕਾਰ ਕੋਲੋਂ ਨਹੀਂ ਮਿਲੇ, ਮਿਲ ਕੋਲੋਂ ਨਹੀਂ ਮਿਲੇ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਇਮੀਡੀਏਟਲੀ ਦੁਬਾਰਾ ਲੋਕ ਗੰਨੇ ਫਸਲ ਤਿਆਰ ਹੋ ਗਈ ਹੈ, ਉਹਨਾਂ ਨੂੰ ਪਿਛਲੇ ਪੈਸੇ ਦੇਣ। ਔਰ ਜਿਹੜਾ ਲੋਕਾਂ ਦੀ ਫਸਲ ਦਾ ਮੁਆਵਜ਼ਾ ਪੰਜਾਬ ਸਰਕਾਰ ਨੇ ਕਿਹਾ ਗਰਦੌਰੀ ਕਰੋ, ਸਿਰਫ ਗਰਦੌਰੀ ਨਾਲ ਗੱਲ ਨਹੀਂ ਬਣਦੀ, ਉਹਦੀ ਇਮੀਡੀਏਟਲੀ ਡਿਸਬਰਸਮੈਂਟ ਵੀ ਕਰੋ, ਉਹਨਾਂ ਨੂੰ ਪੈਸੇ ਵੀ ਦੇਣ। ਔਰ ਜਿਹੜੇ ਤਾਰੋ ਪਾਰ ਇੱਥੇ ਲੋਕਾਂ ਦੇ ਪੈਸੇ ਜੇ ਰਹਿੰਦੇ ਨੇ ਮੰਡਣ ਵਾਲੇ, ਉਹ ਦੁਬਾਰਾ ਪੈਸੇ ਸੈਂਟਰ ਗਵਰਨਮੈਂਟ ਤੋਂ ਆ ਕੇ 10000 ਰੁਪਏ ਪ੍ਰਤੀ ਏਕੜ, ਉਹ ਵੀ ਜਲਦੀ ਜਲਦੀ ਡਿਮਾਂਡ ਹੈ ਕਿ ਉਹ ਇੱਥੇ ਜਲਦੀ ਪੈਸੇ ਡਿਸਬਰਸ ਕਰਨ। ਉਹ ਪੈਸੇ ਆਏ ਪਏ ਨੇ, ਕਿਤੇ ਹੋਰ ਵਰਤ ਲੈਂਦੇ ਆ, ਔਰ ਲੋਕਾਂ ਨੂੰ ਵਕਤ ਸਿਰ ਉਹਦਾ ਮੁਆਵਜ਼ਾ ਨਹੀਂ ਮਿਲਦਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਹਾਂਜੀ, ਮੈਂ ਜੀ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਪਿੰਡ ਜੱਟਾ। ਜੋ ਸਾਨੂੰ ਮੁਆਵਜ਼ਾ 16-17 ਦਾ ਤਾਰੋਂ ਪਾਰ ਦਾ, ਉਹ ਜੋ ਹਵਾ ਦੇ ਵਿੱਚ ਹੀ ਆ ਜੀ, ਸਾਨੂੰ ਅਜੇ ਤੱਕ ਕੋਈ ਨਹੀਂ ਮਿਲਿਆ। ਜਿਹੜਾ ਪਿਛਲਾ ਵੀ ਉਹ ਵੀ ਸਰਕਾਰਾਂ ਨੇ ਵਰਤ ਵਰਤ ਲਿਆ, ਉਹ ਵੀ ਸਾਨੂੰ 3-4 ਸਾਲ ਬਾਅਦ ਮਿਲਿਆ, ਸੋ ਸਰਕਾਰ ਤੇ ਕੋਈ ਪਿਆ ਰਿਹਾ। ਅਤੇ ਜੋ ਸਾਨੂੰ ਮੁਆਵਜ਼ਾ ਉਹ ਵੀ ਮਿਲਣਾ ਚਾਹੀਦਾ। ਪਿਛਲਾ ਨੇ ਜੋ ਝੋਨਾ ਆ ਨਹੀਂ, ਪੰਜਾਬ ਸਰਕਾਰ ਨੇ ਤੁਹਾਨੂੰ ਵਾਅਦਾ ਕੀਤਾ ਸੀ ਕਿ ਮੁਆਵਜ਼ਾ ਦਿੱਤਾ ਜਾਵੇਗਾ ਕਿਸਾਨਾਂ ਨੂੰ, ਮੈਂ ਉਹ ਪੁੱਛਣਾ ਚਾਹੁੰਦਾ ਕਿ ਉਹ ਮੁਆਵਜ਼ਾ ਤੁਹਾਨੂੰ ਅਜੇ ਮਿਲਿਆ ਕਿ ਨਹੀਂ ਮਿਲਿਆ, ਔਰ ਕੀ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਕਿਸਾਨੀ ਦੇ ਵਿੱਚ? ਗੁਰਦਿਆਲ ਸਿੰਘ, ਮੈਂਬਰ ਪੰਚਾਇਤ ਪਿੰਡ ਜੱਟੇ ਤੋਂ ਬੋਲਦਾ। ਸਾਡਾ ਕੋਈ ਮੁਆਵਜ਼ਾ ਨਹੀਂ ਸਾਨੂੰ ਦਿੱਤਾ ਗਿਆ। ਇੱਕ ਮੁਆਵਜ਼ਾ ਜੇ ਦਿੰਦੇ ਆ ਤਾਂ ਉਹ ਜ਼ਿਮੀਂਦਾਰ ਨਾਲ ਬਣਾਉਂਦੇ ਆ, ਠੇਕੇ ਵਾਲੇ ਉੱਦਾਂ ਰਹਿੰਦੇ ਆ, ਉਹ ਨਾ ਮੁੜਦਾ, ਠੇਕਾ ਵੀ ਨਹੀਂ ਸਾਡਾ ਮੁੜਦਾ, ਅਤੇ ਨੁਕਸਾਨ ਵੀ ਸਾਡਾ ਕਾਫੀ ਹੋ ਜਾਂਦਾ। ਅਤੇ ਇਸ ਵੇਲੇ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋਇਆ? ਕਾਫੀ ਨੁਕਸਾਨ ਹੋਇਆ ਜੀ। ਜੋ ਪੰਜਾਬ ਗੌਰਮੈਂਟ ਨੇ ਤੁਹਾਨੂੰ ਮੁਆਵਜ਼ੇ ਦੀ ਗੱਲਬਾਤ ਕੀਤੀ ਸੀ 2017 ਤੋਂ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਨੂੰ ਕੋਈ ਮੁਆਵਜ਼ਾ ਨਹੀਂ ਅੱਜ ਤੱਕ ਦਿੱਤਾ। ਕੀ ਮੰਗ ਕਰਦੇ ਹੋ? ਸਾਨੂੰ ਘੱਟੋ ਘੱਟ 5000 ਰੁਪਇਆ ਕਿੱਲੇ ਦਾ ਦੇਣ, ਤਾਂ ਫਿਰ ਸਾਡਾ ਪੂਰਾ ਖਰਚਾ ਹੀ ਪੂਰਾ ਹੁੰਦਾ। 12